ਐਮਰਜੈਂਸੀ ਸੈਸ਼ਨ 50 ਕਿਲੋਮੀਟਰ ਬੀਐਸਐਫ ਦਾ ਘੇਰਾ ਸੰਘੀ ਢਾਂਚੇ ਦੇ ਉੱਤੇ ਫੈਡਰਲਿਜ਼ਮ ਦੇ ਉੱਤੇ ਵੱਡਾ ਅਟੈਕ ਕੇਂਦਰ ਵੱਲੋਂ ਇਹ ਪਹਿਲਾ ਅਟੈਕ ਨਹੀਂਗਾ ਪਹਿਲਾਂ ਪਾਣੀ ਲੁੱਟੇ ਗਏ ਫ੍ਰੀ ਦੇ ਵਿੱਚ ਪਾਣੀ 16 ਲੱਖ ਕਰੋੜ ਰੁਪਈਆ ਇਕੱਲੇ ਰਾਜਸਥਾਨ ਤੋਂ ਲੈਣਾ ਦਿੱਲੀ ਵਾਲੇ ਵੱਖਰੇ ਆ ਹਰਿਆਣੇ ਵਾਲੇ ਵੱਖਰੇ ਆ ਫਿਰ ਆ ਗਏ ਖੇਤੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਰਾਜ ਸਰਕਾਰਾਂ ਅਸੈਂਬਲੀਆਂ ਦੇ ਕੋਲੇ ਆ ਦੂਜਾ ਅਟੈਕ ਤੇ ਤੀਸਰਾ ਹੈਗਾ 50 ਕਿਲੋਮੀਟਰ ਘੇਰਾ ਬੀਐਸਐਫ ਦਾ ਵਧਾ ਦੇਣਾ ਸੋ ਇਹਦੇ ਨਾਲ ਨਾਲ ਅਸੀਂ ਸਰਕਾਰ ਨੂੰ ਯਾਦ ਕਰਾਵਾਂਗੇ ਇਹ ਨਹੀਂ ਕਿ ਅਸੀਂ ਵਿਰੋਧ ਦੇ ਵਿੱਚ ਆ ਤਾਂ ਵਿਰੋਧ ਹੀ ਕਰਨਾ ਚੰਗੇ ਕੰਮਾਂ ਦੀ ਤਾਰੀਫ ਕਰਾਂਗੇ ਜਿਹੜੇ ਚੰਗੇ ਕੰਮ ਰਾਜਾ ਬੜਿੰਗ ਜਾਂ ਮੁੱਖ ਮੰਤਰੀ ਸਾਹਿਬ ਨੇ ਕੀਤੇ ਆ ਤੇ ਜਿਹੜੇ ਨਹੀਂ ਹੋਏ ਪੰਜਾਬ ਦੇ ਅੰਦਰ ਚਿੱਟੇ ਦੀ ਗੰਦਗੀ ਦਾ ਬੂਟਾ ਲਾਉਣ ਵਾਲੇ ਅਸਲ ਦੋਸ਼ੀਆਂ ਦੇ ਗਰੇਵਾਨ ਤੋਂ ਫੜ ਕੇ ਕਟਹਿਰੇ ਦੇ ਵਿੱਚ ਖੜਾ ਕਰਕੇ ਸਜਾਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਸਲ ਦੋਸ਼ੀ 50 ਦਿਨ ਹੋ ਗਏ ਸਰਕਾਰ ਬਣੀ ਨੂੰ ਇਹ ਦੋ ਅਤਿਅੰਤ ਗੰਭੀਰ ਮੁੱਦਿਆਂ ਦੇ ਉੱਤੇ ਅਸੀਂ ਜ਼ਰੂਰ ਆਪਣੇ ਵੱਲੋਂ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਸਰਕਾਰ ਨੂੰ ਮੁਆਫ ਨਹੀਂ ਕਰਨਗੇ ਜਿਹੜਾ ਇਹਨਾਂ ਦੋ ਮੁੱਦਿਆਂ ਨੂੰ ਆਪਣੇ ਏਜੰਡੇ ਤੋਂ ਬਾਹਰ ਕਰੇਗਾ ਚੰਗੇ ਕੰਮ ਕਿਹੜੇ ਕੀਤੇ ਜਿਹੜੇ ਚੰਗੇ ਕੰਮ ਤੁਸੀਂ ਕਹਿ ਰਹੇ ਬਾਦਲਾਂ ਵਾਲਾ ਕਰਤਾ ਚੰਗਾ ਬੱਸਾਂ ਜਿਹੜੀਆਂ ਬੰਦ ਕੀਤੀਆਂ ਨੇ ਚੰਗਾ ਚੰਗੇ ਨੂੰ ਚੰਗਾ ਕਵਾਂਗੇ ਬਿਜਲੀ ਗਰੀਬ ਬੰਦਿਆਂ ਨੂੰ ਫ੍ਰੀ ਐਂਡ ਸਸਤੀ ਦੇਖੋ ਜਿਹੜੇ ਚੰਗੇ ਕੰਮ ਆ ਅਸੀਂ ਉਹਨਾਂ ਨੂੰ ਵੀ ਤਾਰੀਫ ਕਰਾਂਗੇ ਸਾਡੀ ਇਹ ਲੋਕ ਇਨਸਾਫ ਪਾਰਟੀ ਦੀ ਪ੍ਰਾਥਮਿਕਤਾ ਜਿਹੜਾ ਕੋਈ ਕੰਮ ਚੰਗਾ ਕਿਸੇ ਵੀ ਧਿਰ 'ਚ ਬੈਠਾ ਕਰੂਗਾ ਉਹਦੀ ਤਾਰੀਫ ਕਰਾਂਗੇ ਤੇ ਜਿੱਥੇ ਸਟੇਟ ਦੇ ਉਲਟ ਕੋਈ ਗੱਲ ਹੈਗੀ ਆ ਉੱਥੇ ਡਟ ਕੇ ਆਵਾਜ਼ ਬੁਲੰਦ ਯਾਰ ਦਿੱਲੀ 'ਚ ਜਾ ਕੇ ਦੇਖ ਲਓ ਇਹ ਗੱਪਾਂ ਮਾਰਨ ਨੂੰ ਅਸੀਂ ਜੋ ਮਰਜ਼ੀ ਕਰੀ ਚੱਲੀਏ ਜਿੱਧਰ ਨੂੰ ਮਰਜ਼ੀ ਗੱਪਾਂ ਦੀ ਗੇਂਦ ਰੋੜੀ ਚੱਲੀਏ ਹੁਣ ਇਹਨਾਂ ਦੇ ਕਹਿਣ ਨੂੰ ਹੈ ਕੁਛ ਨਹੀਂ ਮੈਨੂੰ ਇਹ ਗੱਲ ਕਹਿਣ ਲੱਗਿਆ ਥੋੜ੍ਹਾ ਜਿਹਾ ਲੱਗਦਾ ਵੀ ਇਹ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਕਰਦੇ ਸੀਗੇ ਉਹ ਇਹ ਸਰਕਾਰ ਨੇ ਚੰਨੀ ਜੀ ਨੇ ਪੂਰੀਆਂ ਕਰ ਦਿੱਤੀਆਂ ਜਿਹੜੇ ਚੰਗੇ ਕੰਮ ਕੀਤੇ ਆ ਨਾ ਮੇਰੀ ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਲੀਡਰਾਂ ਨੂੰ ਵੀ ਅਪੀਲ ਆ ਵੀ ਚੰਗਿਆਂ ਦੀ ਤਾਰੀਫ ਕਰੋ ਹਰ ਗੱਲ ਦੇ ਉੱਤੇ ਟੀਕਾ ਟਿੱਪਣੀ ਫਿਰ ਲੋਕ ਤੁਹਾਡਾ ਕਦੇ ਵੀ ਸਾਥ ਨਹੀਂ ਦੇਣਗੇ ਆਹੋ ਇਹ ਤਾਂ ਗੱਲ ਥੋੜ੍ਹੀ ਜਿਹੀ ਖੜਕਦੀ ਆ ਰੈਗੂਲਰ ਸੈਸ਼ਨ ਚਾਹੀਦਾ ਮੈਂ ਤਾਂ ਕਹਿੰਦਾ ਹਫ਼ਤਾ 10 ਦਿਨ ਦਾ ਸੈਸ਼ਨ ਚਲਾਉਣਾ ਚਾਹੀਦਾ ਸੀ ਚੰਨੀ ਗਵਰਨਮੈਂਟ ਦਾ ਪਹਿਲਾ ਅਤੇ ਆਖਰੀ ਮੇਰਾ ਖਿਆਲ ਸੈਸ਼ਨ ਹੈਗਾ ਲੰਬਾ ਹੁੰਦਾ ਉਸਾਰੂ ਡਿਬੇਟ ਹੁੰਦੀ ਉਸਾਰੂ ਬਹਿਸ ਹੋ ਕੇ ਸਟੇਟ ਹਿੱਤ ਦੀਆਂ ਗੱਲਾਂ ਮੇਰੀ ਚੀਮਾ ਸਾਹਿਬ ਨੂੰ ਇੱਕ ਬੇਨਤੀ ਆ ਜਿਹੜੇ LOP ਆ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤੋਂ ਪਾਣੀ ਦੀ ਕੀਮਤ ਵਾਸਤੇ ਯਤਨ ਕਰਕੇ ਪੈਸੇ ਲੈ ਆਉਣ ਥੋੜ੍ਹੇ ਜਿਹੇ ਪੈਸੇ ਆ ਜੇ ਦਿੱਲੀ ਦੀ ਗਵਰਨਮੈਂਟ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੀ ਕੀਮਤ ਦੇ ਸਕਦੀ ਹੈ ਤਾਂ ਫਿਰ ਪੰਜਾਬ ਨੇ ਕੀ ਮਾੜਾ ਕੀਤਾ ਆਮ ਆਦਮੀ ਪਾਰਟੀ ਦਾ ਅਸੀਂ ਤਾਂ ਉਹ ਹਾਂ ਜਿਹਨਾਂ ਨੇ ਜੜ ਲਾਈ ਪੰਜਾਬੀਆਂ ਨੇ 2014 'ਚ 4 ਪਾਰਲੀਮੈਂਟ ਮੈਂਬਰ ਬਾਕੀ ਦੇਸ਼ ਦੇ ਵਿੱਚ ਉਹ ਸਫਾਇਆ ਹੋਇਆ ਪਾਣੀ ਦੀ ਕੀਮਤ ਲੈ ਕੇ ਆਉਣ ਇਹ ਸਾਡੀ ਗੁਜ਼ਾਰਿਸ਼ ਹੈਗੀ ਆ ਤੁਹਾਨੂੰ ਲੱਗਦਾ ਕਿ ਦੋਵੇਂ ਮੁੱਦਿਆਂ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ ਹੈ ਗੰਭੀਰ ਕਰ ਲਵਾਂਗੇ ਅੰਦਰ ਜਾ ਕੇ ਕਿਉਂ ਨਹੀਂ ਗੰਭੀਰ ਜੇ ਬਾਕੀ ਦੇ ਮੁੱਦੇ ਹੱਲ ਹੋ ਸਕਦੇ ਆ ਤੇ ਦੋਨੋਂ ਗੰਭੀਰ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਲੈ ਕੇ ਆਉਣ ਵਾਸਤੇ ਅਸੀਂ ਅੰਦਰ ਆਵਾਜ਼ ਬੁਲੰਦ ਕਰਾਂਗੇ ABP ਸਾਂਝਾ ਜੋਸ਼ ਜਜ਼ਬਾ ਜਨੂਨ